ਸਰ ਜਿਸ ਤਰ੍ਹਾਂ ਤੁਸੀਂ ਅੱਜ ਗਰਾਊਂਡ ਵਿੱਚ ਪਹੁੰਚੇ ਹੋ ਚੋਣ ਪ੍ਰਚਾਰ ਜੋਰਾਂ ਤੇ ਫੜਿਆ ਹੋਇਆ ਕੀ ਕਹਿਣਾ ਚਾਹੁੰਦੇ ਅੱਜ ਗਰਾਊਂਡ 'ਚ ਤੇ ਝਾੜੂ ਝਾੜੂ ਹੋਈ ਪਈ ਹੈ ਜੀ ਤੁਸੀਂ ਵੇਖ ਸਕਦੇ ਹੋ ਕਿਲੋਮੀਟਰਾਂ ਦੇ ਹਿਸਾਬ ਸਿਰ ਲੰਬਾ ਕਾਫਲਾ ਹਜ਼ਾਰਾਂ ਦੇ ਹਿਸਾਬ ਸਿਰ ਲੋਕੀ ਆ ਤੇ ਜੋ ਲੱਗਦਾ 14 ਤਰੀਕ ਨੂੰ ਵਧੀਆ ਨਤੀਜੇ 17 ਤਰੀਕ ਨੂੰ ਆਉਣਗੇ ਜੋ 14 ਦੇ ਇਲੈਕਸ਼ਨ ਆ ਖਾਸ ਕੀ ਸੰਦੇਸ਼ ਦੇਣਾ ਚਾਹੋਗੇ ਅੱਜ ਗਰਾਊਂਡ 'ਚ ਪੁੱਜੇ ਤੁਸੀਂ ਖਾਸ ਆਹੀ ਹੈ ਵੀ ਲੋਕਾਂ ਦਾ ਜੋ ਉਤਸ਼ਾਹ ਇਹ ਦੱਸਦਾ ਵੀ ਦਿੱਲੀ ਦੇ ਜੋ ਕੰਮ ਹੋਏ ਆ ਲੋਕਾਂ ਨੂੰ ਕੰਮ ਪਸੰਦ ਆ ਤੇ ਕੰਮ ਸਿਰਫ ਆਮ ਆਦਮੀ ਪਾਰਟੀ ਤੇ ਦਿੱਲੀ ਸਰਕਾਰ ਦੇ ਕਰਕੇ ਵਿਖਾਇਆ ਇੱਕੋ ਇੱਕ ਭਾਰਤ ਦੀ ਪਾਰਟੀ ਹੈ ਜਿਹਨੇ ਕਿਹਾ ਵੀ ਜੇ ਅਸੀਂ ਕੰਮ ਕੀਤਾ ਤਾਂ ਸਾਨੂੰ ਵੋਟ ਦੇ ਸਰ ਮੌਜੂਦਾ ਤੁਸੀਂ ਮੰਨਦੇ ਹੋ ਕਾਂਗਰਸ ਦਾ ਰਾਜ ਹੈ ਪੰਜਾਬ ਵਿੱਚ ਵੀ ਆਪਣੀ ਪਾਰਟੀ ਕਿਤਨਾ ਕਿਤੇ ਕਿੱਥੇ ਸਟੈਂਡ ਕਰਦੀ ਹੈ ਪਰ ਰਾਜ ਹੈ ਤੇ ਰਾਜ ਦਾ ਨਤੀਜਾ ਕੀ ਹੈ ਵੇਖੋ ਅੱਜ ਵੀ ਜੇ ਸੜਕ ਸੀਵਰ ਨਾਲੀਆਂ ਤੱਕ ਹੀ ਫਸੇ ਪਏ ਨੇ ਨਗਰ ਨਿਗਮ ਚੁਣਾਓ ਦੇ ਮੁੱਦੇ ਤੇ ਫਿਰ ਰਾਜ ਕੀ ਅੱਜ ਦੀ ਡੇਟ ਤੇ ਵਾਈਫਾਈ ਤੇ ਕੈਮਰਿਆਂ ਤੇ ਵੱਡੀ ਵੱਡੀ ਚੀਜ਼ਾਂ ਦੀ ਗੱਲ ਹੋਣੀ ਜਗਰਾਉਂ ਤੋਂ ਤੁਸੀਂ ਕੀ ਸੈਪਟ ਕਰਦੇ ਹੋ ਵੀ ਕਿੰਨੇ ਸੀਟਾਂ ਲੈ ਕੇ ਜਾਓਗੇ ਜਗਰਾਉਂ ਮਿਊਨਿਸਪਲ ਕਾਉਂਸਲ ਵਿੱਚ ਬਹੁਤ ਗਿਣਤੀ ਇੱਥੇ ਆਏਗੀ ਸਾਡੀ ਭੈਣ ਸਰਬਜੀਤ ਕੌਰ ਬਾੜੂਕੇ ਜੀ ਉਹਨਾਂ ਦੀ ਅਗਵਾਈ ਵਿੱਚ ਸਾਰੀ ਸੀਟਾਂ ਤੇ ਸਾਨੂੰ ਜਿੱਤ ਮਿਲੂਗੀ ਸਰ ਭਾਜਪਾ ਸਰਕਾਰ ਨੂੰ ਲੈ ਕੇ ਕਹਿਣਾ ਚਾਹੁੰਦੇ ਹੋ ਤੇ ਲੋਕੀ ਆਪ ਕਹਿ ਰਹੇ ਤੁਸੀਂ ਕਹਿਣਾ ਤੇ ਮੂੰਹ ਬਖਾਲ ਲੈ ਕੇ ਹੋਗੇ ਕਿਸਾਨਾਂ ਦੇ ਸਮਰਥਨ ਲਈ ਕਿਸ ਤਰ੍ਹਾਂ ਬਿਲਕੁਲ ਪਹਿਲੇ ਦਿਨ ਤੋਂ ਉਹਨਾਂ ਦੇ ਨਾਲ ਖੜੇ ਸੀ ਜਦ ਤੱਕ ਕਾਲੇ ਖੇਤੀ ਕਰੂੰ ਰਾਤ ਵੀ ਉਹਨਾਂ ਦੇ ਨਾਲ ਖੜੇ